ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨੇਜਰ ਹੈਗਾ ਅਤੇ ਮੈਂ ਪੰਡੋਰੀ ਨੇਜਰਾਂ ਦਾ ਜੱਟ ਹੈਗਾ। ਮੈਂ ਉਹਨੇ ਅੰਗਰੇਜ਼ੀ 'ਚ ਬਣਾਇਆ ਕਿ ਵੀਡੀਓ ਕਿ ਜਿਹੜੀ ਸੁਨਤ ਹੈਗੀ ਇਹਦਾ ਬਹੁਤ ਮਾਹੌਲ ਉੱਡਿਆ ਹੈਗਾ ਅਤੇ ਜਿਹੜੇ ਚੂਜ਼ਨ ਪੀਪਲ ਹੈਗੇ ਨੇ ਇਹ ਖਾਸ ਆਦਮੀ ਹੈਗੇ ਨੇ। ਕਿਉਂ? ਇਹਨਾਂ 'ਚ ਜਿਹੜਾ ਇਬਰਾਹਿਮ ਸੀਗਾ ਉਹ ਆਦਮ ਸੀਗਾ, ਸੈਰਾ ਉਹਦੀ ਤੀਵੀਂ ਈਵ, ਅਤੇ ਇਹਨੂੰ ਲਿਆਂਦਾ ਸੀ ਇਹਨਾਂ ਦੋਨਾਂ ਨੂੰ ਮਿਡਲ ਈਸਟ 'ਚ ਐਡਮ ਐਂਡ ਈਵ ਪ੍ਰੋਮਿਸ ਲੈਂਡ ਸੀਗੀ ਗਾਰਡਨ ਆਫ ਈਡਨ, ਅਤੇ ਉਹਦੇ 'ਚ ਰਹਿੰਦੇ ਸੀਗੇ। ਫਿਰ ਜਿੰਨਾ ਚਿਰ ਵਫ਼ਾਦਾਰ ਹੁੰਦੇ ਸੀਗੇ ਇਬਰਾਹਿਮ ਦੇ, ਉਦੋਂ ਇਹ ਗਾਰਡਨ ਆਫ ਈਡਨ ਸਰ ਸਬਜ਼ ਹੁੰਦੇ ਸੀ, ਦੁੱਧ ਘਿਓ ਦੀਆਂ ਨਦੀਆਂ ਵਧੀਆਂ, ਬਈ ਬਹੁਤ ਪੈਦਾਇਸ਼ ਹੁੰਦੀ ਸੀਗੀ। ਪਰ ਜਦੋਂ ਅਨਫੇਥਫੁਲ ਬਣ ਜਾਂਦੇ ਇਬਰਾਹਿਮ ਨੂੰ, ਉਹੀ ਪ੍ਰੋਮਿਸ ਲੈਂਡ ਫਿਰ ਬੰਜਰ ਹੋ ਜਾਂਦੀ ਅਤੇ ਉਹਨਾਂ ਨੂੰ ਨਿਕਲਣਾ ਪੈਂਦਾ, ਯਾਨੀ ਘਰੋਂ ਕੱਢ ਦਿੰਦਾ ਆਪਣੇ ਇਬਰਾਹਿਮ। ਅਤੇ ਇਬਰਾਹਿਮ ਨੇ ਇੱਕ ਜਿਹੜਾ ਨਾ, ਮੈਂ ਉੱਥੇ ਅਫਰੀਕਾ ਰਿਹਾ ਹੈਗਾ 14 ਸਾਲ ਲੈਕਚਰਰ ਗਾਣਾ 'ਚ, ਉੱਥੇ ਦੇਖਿਆ ਲੋਕਾਂ ਦੇ ਮੂੰਹ 'ਤੇ ਨਿਸ਼ਾਨ ਲੱਗੇ ਹੋਏ ਨੇ, ਕਿਸੇ ਦਾ ਥੋੜ੍ਹਾ ਜਿਹਾ ਕਿਤੇ ਮੂੰਹ ਦੇਖ ਕੇ ਪਤਾ ਲੱਗ ਜਾਂਦਾ ਫਲਾਨੇ ਕਬੀਲੇ ਦਾ ਆਦਮੀ ਹੈਗਾ, ਫਲਾਨੇ ਕਬੀਲੇ ਦਾ ਹੈਗਾ। ਇਸੇ ਤਰ੍ਹਾਂ ਇਬਰਾਹਿਮ ਨੇ ਵੀ ਜਦੋਂ ਪਹਿਲਾਂ ਤਾਂ ਹੋਇਆ ਸੀ ਨਾ ਹੈਗਰ ਦੇ ਰਾਹੀਂ ਇਸ਼ਮਾਇਲ, ਇਸ਼ਮਾਇਲ ਨੂੰ ਨਹੀਂ ਸਰਕਮਸੀਜ਼ਨ ਦਿੱਤੀ, ਸੁਨਤ ਨਹੀਂ ਦਿੱਤੀ, ਪਰ ਜਦੋਂ ਇਹ ਹੋਇਆ ਸੀ ਆਇਜ਼ਕ ਹੋਇਆ ਸੀ ਫਿਰ ਇਹਦੀ ਸੁਨਤ ਕੀਤੀ ਅਤੇ ਆਪ ਵੀ ਕੀਤੀ ਸੁਨਤ। ਇਹ ਜਿਹੜਾ ਸੀਗਾ ਇਹ ਟ੍ਰਾਈਬਲ ਮਾਰਕ ਹੈਗਾ, ਜਿੱਦਾਂ ਅਫਰੀਕਾ 'ਚ ਜਿਹੜੇ ਟ੍ਰਾਈਬਲ ਮਾਰਕ ਹੁੰਦੇ ਨੇ, ਕੋਈ ਬਾਹਰਲਾ ਆਦਮੀ ਉਸ ਟ੍ਰਾਈਬ ਨੂੰ ਅਡੋਪਟ ਨਹੀਂ ਕਰ ਸਕਦਾ, ਜੇ ਕਰੇਗਾ ਤਾਂ ਹਰਾਮੀ ਬਣੇਗਾ। ਇਸੇ ਤਰ੍ਹਾਂ ਇਹ ਜਿਹੜੀ ਸੁਨਤ ਹੈਗੀ ਇਹ ਟ੍ਰਾਈਬਲ ਮਾਰਕ ਹੈਗਾ ਇਬਰਾਹਿਮ ਨੂੰ, ਆਇਜ਼ਕ ਨੂੰ। ਪਰ ਜਿਹੜੇ ਇਹ ਜਿਊ ਜਿਹੜੇ ਸੀਗੇ ਇਹ ਬਨੋਟੀ ਬਣਾਉਣ ਲੱਗ ਪਏ ਸੀਗੇ ਉਹਦੇ ਪੁੱਤਰ ਆਇਜ਼ਕ ਦੇ। ਇਹਨਾਂ ਨੇ ਮੰਦਰ 'ਚ ਨਾ ਆਪਣੇ, ਇਹਨਾਂ ਨੂੰ ਕੋਈ ਇਨਕਮ ਚਾਹੀਦੀ ਸੀਗੀ, ਅਤੇ ਕਿਉਂ ਇਬਰਾਹਿਮ ਜਿਹੜਾ ਸੀਗਾ ਨੋਬਲ ਆਦਮੀ ਸੀਗਾ ਅਤੇ ਉਹਦੇ ਜਿਹੜੇ ਪੁੱਤਰ ਸੀਗੇ ਚੂਜ਼ਨ, ਇਹਨਾਂ ਬੜਾ ਸੀਗਾ ਗੁਮਾਨ ਸੀਗਾ ਕਿ ਆਦਮ ਦੇ ਪੁੱਤਰ ਹੈਗੇ ਆ, ਬਾਕੀ ਦੇ ਜਿਹੜੇ ਨਹੀਂ ਹੈਗੇ ਆਦਮ ਦੇ ਪੁੱਤਰ। ਇਸ ਕਰਕੇ ਇਹ ਆਪਣੇ ਆਪ ਨੂੰ ਨਖਰਾ ਆਪਣਾ ਵੱਖਰਾ ਸਮਝਦੇ ਸੀਗੇ, ਬੜਾ ਨਖਰਾ ਕਰਦੇ ਸੀਗੇ। ਅਤੇ ਜੀਜ਼ ਨੇ 9 ਜਿਹੜੇ ਸੀਗੇ ਲੈਪਰ, ਉਹ ਇਹ ਚੂਜ਼ਨ ਪੀਪਲ ਸੀਗੇ, ਉਹਨਾਂ ਨੂੰ ਜਦੋਂ ਠੀਕ ਕੀਤਾ ਨਾ, ਉਹ ਸਾਰੇ ਦੌੜ ਗਏ ਆਪਣੇ ਉੱਥੇ ਮੰਦਰ 'ਚ ਬੈਠਣ ਦੀ ਟੈਂਪਲ 'ਚ, ਵੀ ਉੱਥੇ ਜਾ ਕੇ ਹੁਣ ਕਿਰਲੇ ਵੰਗ ਧੋਣ ਚਾਹੀ ਸੀ। ਹੁਣ ਅਸੀਂ ਕਿਰਲੇ ਵਾਂਗ ਧੋਣ ਚੱਕ ਕੇ ਉੱਥੇ ਬੈਠਾਂਗੇ। ਅਤੇ ਇਹ ਉੱਥੇ ਟੈਂਪਲ ਦੇ ਵਿੱਚ ਮੋਹਰੇ ਬਹਿੰਦੇ ਹੁੰਦੇ ਸੀ, ਅਤੇ ਜਿਹੜੇ ਜੈਂਟਾਂ ਹੁੰਦੇ ਸੀ ਨਾ ਜਿਹੜੇ ਨਹੀਂ ਸੀਗੇ ਚੂਜ਼ਨ ਪੀਪਲ, ਉਹਨਾਂ ਨੂੰ ਪਿੱਛੇ ਬਿਠਾਉਂਦੇ ਸੀ, ਆਪਣੇ ਆਪ ਨੂੰ ਵੱਖਰਾ ਸਮਝਦੇ ਸੀਗੇ। ਅਤੇ ਟੈਂਪਲ ਪ੍ਰੀਸਟ ਨੇ ਇਸ ਦਾ ਫਾਇਦਾ ਉਠਾਇਆ, ਉਹਨਾਂ ਨੂੰ ਜਿਹੜਾ ਜੀਵ ਬਣਾ ਦਿੱਤਾ, ਉਹਨਾਂ ਜਿਸਮ ਦਾ ਜੀਵ ਹੁੰਦਾ ਰੂਹ ਦਾ, ਮਨ ਦਾ, ਤਨ ਦਾ ਨਹੀਂ ਹੁੰਦਾ। ਤਨ ਦੇ ਵਿੱਚ ਜਿਹੜਾ ਹੈਗਾ ਨਾ ਪ੍ਰੋਮਨੈਂਟ ਹੈਗਾ ਨਾ, ਇੱਥੇ ਆਦਮ ਦੇ ਵਿੱਚ ਜੀਵ ਨਹੀਂ ਆਉਂਦਾ ਕਿਤੇ ਵੀ, ਆਦਮ ਵਿੱਚ ਨਸਲਾਂ ਨਸਲਾਂ ਦੇ ਥੱਲੇ, ਕੌਮਾਂ ਅਤੇ ਕੌਮਾਂ ਦੇ ਥੱਲੇ ਫਿਰ ਗੋਤ ਵਗੈਰਾ, ਇੱਥੇ ਆਉਂਦਾ ਜਿਹੜਾ ਗੋਡ 'ਚ ਆਉਂਦਾ ਹੈਗਾ। ਜੀਵ ਹਿੰਦੂ ਸਿੱਖ ਮੁਸਲਿਮ, ਇਹ ਸਿੱਖ ਜਿੱਦਾਂ ਹੈਗਾ ਨਾਦੀ ਰੂਪ ਹੈਗਾ, ਬਿੰਦੀ ਰੂਪ ਨਹੀਂ ਹੈਗਾ, ਇਹ ਬਿੰਦੀ ਰੂਪ ਹੈਗੇ ਨੇ, ਇਹ ਨਾਦੀ ਰੂਪ, ਆਵਾਜ਼ ਤੋਂ ਪਤਾ ਲੱਗਦਾ ਕੋਈ ਸਿੱਖਿਆ ਕਿ ਐਵੇਂ ਕਰੀ ਜਾਂਦਾ ਹੈਗਾ। ਅਤੇ ਨਾਨਕ ਨੇ ਇੱਥੇ ਇੱਥੇ ਪ੍ਰਚਾਰ ਕੀਤਾ ਨਾ, ਆ ਗਿਆ ਨਾ ਆਪਣੇ ਆ ਕੇ ਬਾਹਮਣ ਨਾਨਕ ਅਤੇ ਕ੍ਰਾਈਸਟ ਜੀਜ਼ਸ, ਸਤਿਗੁਰੂ ਦੋਨੋਂ, ਸਤਿਗੁਰੂ ਜੀਜ਼ਸ, ਸਤਿਗੁਰੂ ਨਾਨਕ। ਅਤੇ ਇਹ ਕੋਵਨੈਂਟ ਜਿਹੜਾ ਸੀਗਾ ਸੁਨਤ ਦਾ,
ਤੇ ਉਹਨਾਂ ਨੂੰ ਮੂਹਰੇ ਬੈਠਣਾ ਤੇ ਉਹਨਾਂ ਨੂੰ ਚੂਜ਼ਨ ਉਹਨਾਂ 'ਚ ਬੜੀ ਹੋਮੇ ਹੁੰਦੀ ਸੀਗੀ। ਜੇ ਕੋਈ ਬਾਹਰੋਂ ਆਉਂਦਾ ਸੀਗਾ ਤਾਂ ਕਹਿੰਦਾ ਮੈਂ ਵੀ ਉੱਥੇ ਪਹਿਣਾ ਹੈਗਾ, ਮੈਂ ਵੀ ਏਦਾਂ ਦੇ ਸ਼ੋਲ ਪਾਉਣੀ ਹੈਗੀ ਅਤੇ ਏਦਾਂ ਕੱਪੜੇ ਕੁੱਪੜੇ ਪਾ ਕੇ ਬਹਿੰਦੇ ਸੀਗੇ ਵੀ ਮੈਂ ਵੀ ਪਾਉਣੇ ਹੈਗੇ ਨੇ। ਅਤੇ ਉਹਨੂੰ ਕਹਿੰਦੇ ਕਿ ਆ ਜਾ ਸੁੰਨਤ ਕਰਾ ਲਾ, ਸੁੰਨਤ ਕਰਕੇ ਤੇ ਤੂੰ ਉੱਥੇ ਬਹਿ ਜਾ। ਸੁੰਨਤ ਕਰਕੇ ਉਹਨੂੰ ਬਣਾ ਦਿੰਦੇ ਸੀ ਬਨੌਟੀ ਆਈਜਿਕ ਦੇ ਮੁੰਡੇ, ਕਿਉਂ ਜਿਹੜਾ ਉਹੀ ਸੁੰਨਤ ਕਰਵਾ ਸਕਦਾ ਸੀ ਜਿਹੜਾ ਕਿ ਆਈਜਿਕ ਦੇ ਬੀਜ ਵਿੱਚੋਂ ਪੈਦਾ ਹੋਇਆ, ਤੁਖਮ ਵਿੱਚੋਂ। ਉਹਦੇ ਪੁੱਤਰ ਤਾਂ ਨਹੀਂ ਸੀ ਆਈਜਿਕ ਦੇ, ਕੋਈ ਕਾਲਾ ਸੀ, ਕੋਈ ਗੋਰਾ ਸੀ, ਕੋਈ ਯੂਰੋਪੀਅਨ ਸੀਗਾ, ਉਹ ਤਾਂ ਸਮੈਟਿਕ ਰੇਸ ਸੀਗੇ। ਇਸ ਕਰਕੇ ਬਨੌਟੀ ਜਿਹੜੇ ਸੀ ਉਹ ਜ਼ਿਆਦਾ ਹੋ ਗਿਆ। ਅਤੇ ਜੀਜੇ ਨੇ ਇਹਨਾਂ ਨੂੰ ਇਹਨਾਂ ਦਾ ਦੱਸਿਆ ਸੁਭਾਅ ਜੌਨ 8:44 ਵਿੱਚ ਕਿ ਤੁਸੀਂ ਪੱਕੇ ਹਰਾਮੀ ਹੈਗੇ, ਕਹਿੰਦਾ ਉਹਨਾਂ ਨੂੰ। ਤੁਹਾਡੇ ਜਿਹੜੇ ਪਿਓ ਦਾਦਾ ਸੀਗੇ ਉਹ ਚੋਰ ਸੀਗੇ, ਉਹ ਝੂਠ ਬੋਲਦੇ ਸੀਗੇ ਅਤੇ ਸਿੱਧੀਆਂ ਗੱਲਾਂ ਸੁਣਾਈਆਂ ਨਾ, ਉਹਨਾਂ ਵੱਟੇ ਚੱਕ ਕੇ ਉਹਨੂੰ ਮਾਰਨ ਨੂੰ ਪਏ, ਪਰ ਉਹ ਖਿਸਕ ਗਿਆ। ਜੌਨ 8:44 ਤੇ ਹੈਗਾ। ਇਸ ਕਰਕੇ ਜਦੋਂ ਆਪਣੇ ਇਹ ਬਣ ਜਾਂਦੇ ਨਾ ਜੀਵ ਜਿਸਮ ਦੇ, ਉਦੋਂ ਇਹਨਾਂ ਦਾ ਕੋਵਨੈਂਟ ਇਬਰਾਹਿਮ ਨਾਲ ਟੁੱਟ ਜਾਂਦਾ ਹੈਗਾ। ਇਬਰਾਹਿਮ ਟੁੱਟ ਕੇ ਤਾਂ ਫਿਰ ਇਹ ਉਹ ਸੁਪਰ ਸ਼ੈਤਾਨ ਨਾਲ ਇਹਨਾਂ ਦਾ ਕੋਵਨੈਂਟ ਬਣ ਜਾਂਦਾ ਹੈਗਾ। ਤਦੇ ਇਹਨਾਂ ਨੇ ਸਤਿਗੁਰੂ ਜੀਜ਼ ਮਾਰਿਆ ਸੀਗਾ। ਜੇ ਕਿਤੇ ਇਬਰਾਹਿਮ ਦੇ ਪੁੱਤਰ ਹੁੰਦੇ, ਇਬਰਾਹਿਮ ਤਾਂ ਇਹਨੂੰ ਸੁਣਨ ਨੂੰ ਤਰਸਦਾ ਸੀਗਾ ਵੀ ਕ੍ਰਾਈਸਟ ਆਵੇ ਤਾਂ ਕਿਤੇ ਮੈਂ ਇਹਨੂੰ ਤੂੰ ਸੁਣਾ, ਕਿਉਂ ਉੱਥੇ ਮੈਚਾ ਜਿਹੜਾ ਸਾਧੂ ਸੀ ਉਹ ਵੀ ਕ੍ਰਾਈਸਟ ਵਰਗਾ ਹੀ ਸੀਗਾ, ਉਹਨੇ ਉਹ ਸਬਕ ਦਿੰਦਾ ਸੀ ਉਹਨੂੰ ਇਬਰਾਹਿਮ ਨੂੰ। ਅਤੇ ਇਹ ਜਦੋਂ ਸਰਕਮਸੀਜ਼ਨ ਇਹਨਾਂ ਨੇ ਕਾਲਿਆਂ ਨੂੰ ਅਤੇ ਗੋਰਿਆਂ ਨੂੰ ਸਾਰਿਆਂ ਨੂੰ ਕਰਨੀ ਸ਼ੁਰੂ ਕਰ ਦਿੱਤੀ ਨਾ, ਫਿਰ ਸਟੀਵਨ ਜਿਹੜਾ ਸੀਗਾ ਉਹ ਡੁਬਕੀ ਦਿੰਦਾ ਸੀ ਪਾਣੀ 'ਚ ਇਬਰਾਹਿਮ ਦੇ ਨਾਂ 'ਤੇ, ਜਿੱਦਾਂ ਕਿ ਉਹ ਜੌਨ ਦੀ ਬਾਪਟਿਸ ਕਰਦਾ ਸੀਗਾ। ਅਤੇ ਉਹਨੂੰ ਫਿਰ ਬੁਲਾਇਆ ਟੈਂਪਲ ਵਾਲਿਆਂ ਨੇ ਵੀ ਤੂੰ ਇਬਰਾਹਿਮ ਦੇ ਨਾਂ 'ਚ ਕਿਉਂ ਦਿੰਦਾ। ਉਹ ਇਬਰਾਹਿਮ ਦਾ ਨਾਂ ਮਿਟਾਉਣਾ ਚਾਹੁੰਦੇ ਸੀਗੇ, ਉਹ ਕਹਿੰਦੇ ਸੀ ਅਸੀਂ ਸਾਰੇ ਜੀਵ ਹੈਗੇ ਆ ਜਿਸਮ ਦੇ, ਜਿੱਦਾਂ ਉੱਥੇ ਇੰਡੀਆ 'ਚ ਸਿੱਖ ਕੌਮ ਬਣਾਈ ਹੋਈ ਨਾ ਇਹਨਾਂ ਨੇ, ਪਗੜੀ ਹੋਵੇ ਤਾਂ ਬਣ, ਪਗੜੀ ਹੋਵੇ ਤਾਂ ਦਾੜੀ ਹੋਵੇ ਤਾਂ ਸਿੱਖ ਪੰਥ ਹੈਗਾ, ਕੌਮ ਨਹੀਂ ਹੈਗੀ, ਇਹ ਕੌਮ ਬਣਾਈ ਬੈਠੇ ਨੇ। ਜਿੱਦਾਂ ਵੀ ਪਿਓ ਵੀ ਸਿੱਖ ਸੀਗਾ ਅਤੇ ਪਰਦਾਦੇ ਦਾਦੇ ਸਿੱਖ, ਸਿੱਖ ਤਾਂ ਹੁੰਦਾ ਨਾਦੀ ਰੂਪ ਹੈਗਾ, ਬਿੰਦੀ ਰੂਪ ਨਹੀਂ। ਮੈਂ ਜੱਟ ਦਾ ਪੁੱਤ ਹੈਗਾ, ਜਿਹੜਾ ਮੇਰਾ ਪਿਓ ਦਾਦੇ ਸਾਰੇ ਜੱਟ ਸੀਗੇ ਉਹਨਾਂ ਦਾ ਮੈਂ ਪੁੱਤ ਹੈਗਾ, ਮੈਂ ਸਿੱਖ ਦਾ ਪੁੱਤ ਨਹੀਂ ਹੈਗਾ। ਸਿੱਖ ਦੇ ਤਾਂ ਭਰਾ ਹੁੰਦੇ ਨੇ ਏਕ ਪਿਤਾ ਹਮ ਬਾਰਿਕ ਉਸਕੇ, ਜਿਹੜਾ ਨਾ ਆਪਣੇ ਇੱਥੇ ਹੈਗਾ ਕਬੀਲਿਆਂ ਦੇ ਲੋਕ, ਕੋਈ ਜੱਟ ਕੋਈ ਚੂੜਾ ਕੋਈ ਚਮਾਰ ਸਾਰੇ, ਇਹ ਫਿਰ ਆ ਜਿਹੜੀ ਭੀੜੀ ਗਲੀ ਨੂੰ ਜਾਂਦੇ ਨਾ ਨਿਆਰੇ ਹੋ ਜਾਂਦੇ, ਨਿਆਰੇ ਹੋ ਕੇ ਇੱਥੇ ਜਾਣਾ ਪੈਂਦਾ, ਨਿਆਰੇ ਹੋ ਕੇ ਫਿਰ ਆਪਣੇ ਰਾਮ ਰਾਜੇ 'ਚ ਚਲੇ ਜਾਂਦੇ ਨੇ। ਜਦੋਂ ਰਾਮ ਰਾਜੇ 'ਚ ਜਾਂਦੇ ਉੱਥੇ ਫਿਰ ਪੌਦਾ ਬਣਾ ਕੇ ਜਾਂਦੇ ਨੇ, ਬੀਜ ਨਹੀਂ ਇੱਥੇ ਕੋਈ ਕੰਮ ਦਿੰਦੇ। ਸਤਿਗੁਰੂ ਅੰਗਦ ਦੇਵ ਜੀ ਨੇ ਆਹ ਜਿਹੜੇ ਸੀ ਜਾਤਾਂ ਦੇ ਲੋਕ ਇਹਨਾਂ ਨੂੰ ਪੌਦਾ ਬਣਾਇਆ। ਪੌਦਾ ਜਿਹੜਾ ਹੈਗਾ ਉਹ ਫਿਰ ਗ੍ਰਾਫਟ ਹੁੰਦਾ ਹੈਗਾ ਸਤਿਗੁਰੂ ਨਾਨਕ ਅਤੇ ਜੀ ਦੇ ਨਾਲ, ਫਿਰ ਉਹਦੇ ਉਹ ਕਾਮੇ ਬਣ ਜਾਂਦੇ ਨੇ ਅਤੇ ਫਿਰ ਉਹਤੋਂ ਸਬਕ ਲੈ ਕੇ ਫਿਰ ਬਾਹਰ ਆ ਕੇ ਤਾਂ ਲੋਕਾਂ ਨੂੰ ਦੱਸਦੇ ਨੇ। ਇਹ ਰਾਮ ਰਾਜੇ ਹੈਗਾ, ਇੱਥੇ ਸਿਰਫ ਗੱਲ ਕਰਨੀ ਹੁੰਦੀ ਤਾਂ ਗੁਰ ਨਾਲ ਕੀਤੀ ਜਾਂਦੀ, ਗੁਰ ਹੈਗਾ ਲੋਜੀਕਲ ਰੀਜ਼ਨਿੰਗ, ਹੋਰ ਨਹੀਂ ਕੋਈ ਵੀ ਉੱਥੇ ਚੱਲਦੀ ਗੱਲ, ਜਿਹੜਾ ਗੁਰ ਨਾਲ ਚੱਲੂਗਾ ਉਹ ਵੈਲਕਮ ਹੈਗਾ, ਇੱਥੇ ਨਹੀਂ ਤਾਂ ਬਾਹਰ ਕੱਢ ਦਿੰਦੇ ਨੇ। ਅਤੇ ਆਹ ਹੈਗਾ ਜਿਹੜਾ ਬੰਬ ਦੇ ਆਪਣੇ ਤੁਸੀਂ ਆਖੇ ਲਾ ਕੇ ਕਰਨਾ ਹੈਗਾ, ਇਹ ਹੈਗਾ ਥੱਲੇ ਤਾਂ ਹੈਗਾ ਉੱਪਰ, ਕ੍ਰਾਈਸਟ ਜੀਸਸ ਉੱਪਰੋਂ ਆਇਆ ਨਾ, ਆਹ ਉੱਪਰੋਂ ਆਇਆ ਹੈਗਾ, ਇਹ ਥੱਲੇ ਦੇ ਲੋਕ ਹੈਗੇ ਨੇ। ਅਤੇ ਇਹ ਜਿਹੜਾ ਕੋਵਨੈਂਟ ਸੀਗਾ ਜਿਹੜਾ ਫਲੈਸ਼ ਦਾ, ਇਹ ਇੰਨਾ ਬਦਨਾਮ ਹੋ ਗਿਆ ਯਾਨੀ ਕਿ ਕਰਪਟ ਕਰ ਦਿੱਤਾ ਇਹਨਾਂ ਨੇ, ਜਿੱਦਾਂ ਕਿ ਓਲਡ ਟੈਸਟਾਮੈਂਟ ਕਰਪਟ ਕੀਤਾ ਹੋਇਆ ਇਹਨਾਂ ਨੇ। ਜੈਨੇਸਿਸ 17 ਹੈਗਾ ਚੈਪਟਰ, ਉਹਦੇ 'ਚ ਤੁਸੀਂ ਪੜ੍ਹੋਗੇ ਤਾਂ ਕਿੱਦਾਂ ਉਹਨਾਂ ਨੇ ਕੀਤਾ ਕਰਪਟ।
ਆਈਜੈਕ ਦੇ ਪੁੱਤਰ ਸਿਰਫ ਕਰ ਸਕਦੇ, ਸਰਕਮਸੀਜ਼ਨ ਹੋਰ ਨਹੀਂ ਕੋਈ ਕਰ ਸਕਦਾ। ਅਤੇ ਇਹ ਫਿਰ ਜਿਹੜਾ ਕੋਵਨੈਂਟ ਕਰਪਟ ਹੋਣ ਕਰਕੇ ਫਿਰ ਸਤਿਗੁਰੂ ਜੀਜ਼ਸ ਆਉਂਦਾ ਹੈਗਾ, ਕ੍ਰਾਈਸਟ ਜੀਜ਼ਸ, ਉਹਨੇ ਫਿਰ ਰੂਹ ਦਾ ਆਪਣੇ ਕੋਵਨੈਂਟ ਕੀਤਾ ਸ਼ੁਰੂ, ਰੂਹ ਦਾ। ਰੂਹ ਦੇ ਨਾਲ ਉਹਨਾਂ ਨੇ ਪਾਰਬ੍ਰਹਮ ਨੂੰ ਜੋੜਿਆ ਲੋਕਾਂ ਨੂੰ, ਉਹਦੇ ਨਾਲ ਉਹਨਾਂ ਦਾ ਸੰਬੰਧ ਕੀਤਾ। ਆ ਹੈਗਾ ਨਾ ਜਿਹੜਾ ਇੱਥੇ ਹੈਗਾ ਅਕੀਜਾ ਵੰਸ਼ ਬਾਉਂਡ, ਜਦੋਂ ਉਹਨੂੰ ਪਤਾ ਲੱਗਦਾ ਆਪਣੇ ਸੁਪਰ ਨੈਚੁਰਲ ਫਾਦਰ ਦਾ, ਇਹਦਾ ਨਾਂ ਰਾਮ ਅੱਲਾ ਅਤੇ ਪਾਰਬ੍ਰਹਮ ਐਲੋਹੀਮ ਵਗੈਰਾ ਜੋ ਵੀ ਹੈਗਾ ਕਹਿ ਲਓ, ਜਦੋਂ ਇਹਦਾ ਪਤਾ ਕੀਤਾ ਏਕ ਪਿਤਾ ਬਾਰੇ ਕੁਛ ਗਏ, ਜਦੋਂ ਇਹ ਬਣ ਗਿਆ ਤਾਂ ਇੱਕ ਦੂਜੇ 'ਚ ਜਿਹੜੀ ਪਿਆਰ ਹੁੰਦਾ ਉਹਨੂੰ ਅਗੈਪੇ ਕਹਿੰਦੇ ਨੇ। ਅਗੈਪੇ ਐਰੋਸ ਹੈਗਾ ਟ੍ਰਾਈਬਲ ਜਿਹੜਾ ਇੱਥੇ ਹੈਗਾ ਐਰੋਸ, ਅਤੇ ਇੱਥੇ ਅਗੈਪੇ, ਅਤੇ ਇਹ ਫਿਰ ਫਿਲੀਆ ਲਵ ਫਿਲੋਸਫੀਕਲ ਜਿਹੜਾ ਡਿਸਕਸ਼ਨ ਕਰਦੇ ਨਾ ਇੱਕ ਦੂਜੇ ਨੂੰ ਸਮਝਾਉਂਦੇ ਨੇ, ਉਦੋਂ ਫਿਲੀਆ ਲਵ ਹੋ ਜਾਂਦਾ ਹੈਗਾ। ਅਤੇ ਇੱਥੇ ਜਦੋਂ ਇੱਕ ਮਿਕ ਹੋ ਜਾਂਦੇ ਨੇ ਪਾਰਬ੍ਰਹਮ ਨਾਲ, ਫਿਰ ਇਹ ਇੱਥੇ ਸਟੋਰ ਜੀ ਲਵ ਹੈਗਾ ਇਹਨਾਂ ਦਾ, ਸਟੋਰ ਜੀ ਲਵ। ਅਤੇ ਇਹ ਫਿਰ ਜਦੋਂ ਕੋਵਨੈਂਟ ਜਿਹੜਾ ਸੀਗਾ ਜਿਸਮ ਦਾ ਇਹ ਹੋ ਗਿਆ ਕਰਪਟ ਹੋ ਗਿਆ, ਅਤੇ ਜਿਹੜੇ ਪਾਦਰੀ ਵਗੈਰਾ ਪੈਸੇ ਲੈਣ ਲੱਗ ਪਏ ਅਤੇ ਲਾਲਚੀ ਹੋ ਗਿਆ, ਫਿਰ ਲੋਕਾਂ ਨੂੰ ਲੁੱਟਣ ਪੁੱਟਣ ਲੱਗ ਪਏ। ਜਦੋਂ ਤਾਂ ਲੋਕਾਂ ਨੇ ਦੁਹਾਈ ਕੀਤੀ ਕਿ ਹੁਣ ਸਾਨੂੰ ਸਤਿਗੁਰੂ ਆ ਜਾਵੇ, ਅਤੇ ਫਿਰ ਉਹਦਾ ਫਿਰ ਸਤਿਗੁਰੂ ਜੀਜ਼ਸ ਉਦੋਂ ਪੈਦਾ ਹੋਇਆ ਸੀਗਾ। ਅਤੇ ਉਹਦੀ ਸੁੰਨਤ ਕੀਤੀ ਸੀਗੀ ਕਿਉਂ ਉਹ ਜੂਟਾ ਟ੍ਰਾਈਬ ਦੇ ਵਿੱਚ ਲੋਕਾਂ 'ਚ ਪੈਦਾ ਹੋਇਆ ਸੀਗਾ ਜਿਹੜੇ ਬਿਮਾਰ ਸਨ ਜ਼ਿਆਦਾ, ਜਿੱਦਾਂ ਖੱਤਰੀ ਕੌਮ ਦੇ ਲੋਕ ਜਿਹੜੇ ਇੰਡੀਆ 'ਚ ਹੈਗੇ ਨੇ ਉਹ ਬਿਮਾਰ ਹੈਗੇ ਨੇ, ਅਤੇ ਉਹਨਾਂ ਦੇ ਘਰ ਸਤਿਗੁਰੂ ਨਾਨਕ ਦੇਵ ਜੀ ਆਏ ਡਾਕਟਰ, ਅਤੇ ਸਾਨੂੰ ਜੱਟਾਂ ਨੂੰ ਲੋੜ ਨਹੀਂ ਸੀਗੀ ਡਾਕਟਰ ਦੀ, ਇਸੇ ਉਹਨਾਂ ਨੂੰ ਖੂਬ ਅਪਣਾਇਆ, ਜਿੱਦਾਂ ਕਿ ਸਮੈਰੀਟਨ ਪੀਪਲ ਜਿਹੜੇ ਸੀਗੇ ਮਿਡਲ ਈਸਟ ਦੇ ਇੱਕ ਅਪਣਾਉਂਦੇ ਸੀਗੇ। ਇਹ ਜਿਹੜਾ ਕੋਵਨੈਂਟ ਫਲੈਸ਼ ਦਾ ਟੁੱਟ ਕੇ ਹੁਣ ਆਪਾਂ ਨੇ ਰੂਹ ਦਾ ਕੋਵਨੈਂਟ ਬਣਾਉਣਾ ਹੈਗਾ ਪਾਰਬ੍ਰਹਮ ਵਿੱਚ, ਉਹਦੇ 'ਚ ਹੈਗਾ ਵੀ ਏਕ ਪਿਤਾ ਬਾਰੇ ਕੁਰਸੇ, ਇੱਥੇ ਫਿਰ ਜਿਹੜਾ ਹੈਗਾ ਆਹ ਰਾਮ ਰਾਜੇ ਹੈਗਾ, ਇਹਦੇ 'ਚ ਵੜਨ ਲਈ ਮੁੰਬੇ ਤੁਹਾਨੂੰ ਮਾਰਨੀ ਪੈਂਦੀ, ਉਹ ਸਤਿਗੁਰੂ ਅੰਗਦ ਦੇਵ ਜੀ ਨੇ ਮਾਰੀ ਸੀਗੀ ਮੁੰਬੇ ਲੋਕਾਂ ਦੀ, ਮੁੰਬੇ ਮਾਰੀ ਤਾਂ ਫਿਰ ਅੰਦਰ ਜਾਂਦਾ ਹੈਗਾ ਇਹ ਅੱਗ ਹੈਗੀ ਇੱਥੇ ਅਗਨੀ, ਜਿਹਦੇ 'ਚ ਹੋਮੇ ਜਲਾਈ ਜਾਂਦੀ ਹੈ, ਜਦੋਂ ਹੋਮੇ ਜਲ ਗਈ ਤਾਂ ਫਿਰ ਅੰਦਰ ਜਾਂਦਾ ਹੈਗਾ, ਅਤੇ ਫਿਰ ਅੰਦਰ ਉਹ ਫਲ ਵਗੈਰਾ ਲਿਆਉਂਦਾ ਅਤੇ ਲੋਕਾਂ ਨੂੰ ਦੱਸਦਾ ਹੈਗਾ। ਅਤੇ ਇਹ ਹੈਗਾ ਆਪਣੇ ਰਾਮ ਰਾਜੇ ਦਾ ਕੋਵਨੈਂਟ। ਹੁਣ ਜਿਹੜਾ ਹੈਗਾ ਆਪਣਾ ਉਹ ਦਿਲ ਦਾ ਹੈਗਾ, ਜਿਹੜਾ ਤੁਸੀਂ ਦਿਲ ਦੇ ਨਾਲ ਪਾਰਬ੍ਰਹਮ ਨਾਲ ਕੋਵਨੈਂਟ ਬਣਾਉਣਾ ਹੈਗਾ, ਉਹ ਦਇਆ ਨਾਲ ਬਣਦਾ ਹੈਗਾ, ਸੱਤ ਸੰਤੋਖ ਦਇਆ। ਅਤੇ ਇੱਥੇ ਹੋ ਗਿਆ, ਇੱਥੇ ਹੋ ਗਈ ਐਰੋ ਸਲਬ ਜਿਹੜੀ ਕਿ ਇੱਥੇ ਹੈਗੀ ਇਸ ਜਗ੍ਹਾ, ਫਿਰ ਹੈਗਾ ਅਗੈਪੇ ਅਨਕੰਡੀਸ਼ਨਲ ਲਵ ਜਿੱਥੇ ਆ ਹੈਗਾ ਟਵਾਈਸ ਬੋਨ ਵਿੱਚ, ਫਿਰ ਹੈਗਾ ਫਿਲੀਆ ਲਵ ਜਦੋਂ ਫਿਲੋਸਫੀ ਤੋਂ ਤੁਸੀਂ ਗੱਲਾਂ ਕਰਦੇ ਹੋ ਤੇ ਇੱਥੇ ਆ ਜਾਂਦੇ ਉਹ ਵੀ ਇੱਥੇ ਹੈਗਾ। ਅਤੇ ਫਿਰ ਹੈਗਾ ਜਦੋਂ ਇੱਕ ਮਿਕ ਹੋ ਜਾਂਦਾ ਪਾਰਬ੍ਰਹਮ ਨਾਲ, ਜਲ ਵਿੱਚ ਜਲ ਸਮਾ ਜਾਂਦਾ ਨਾ, ਉਦੋਂ ਫਿਰ ਸਟੋਰ ਜੀ ਲਾਵੇਗੀ ਇਹ ਸਟੋਰ ਜੀ ਲਾਵ। ਅਤੇ ਇਸ ਕਰਕੇ ਹੁਣ ਜਿਹੜਾ ਕਲਯੁਗ ਵਿੱਚ ਹੈਗਾ ਇਹਦੇ 'ਚ ਲੋ ਜਿਹੜਾ ਪ੍ਰੋਫ ਜਿਹੜੇ ਹੈਗੇ ਨਾ ਆਪਣੇ ਕਿਤਾਬਾਂ ਕਤੂਬਾਂ ਚੱਕੀ ਫਿਰਦੇ ਪੋਥੀਆਂ ਇਹ ਨਹੀਂ ਕੰਮ ਦਿੰਦੀਆਂ, ਇਸੇ ਕਰਕੇ ਇਹ ਜਿਹੜੀ ਭੀੜ ਹੈਗੀ ਆਦਿ ਗ੍ਰੰਥ ਹੈਗਾ ਇਹ ਹਾਈਲੀ ਕਰਪਟਿਡ ਹੈਗਾ, ਬਹੁਤ ਇਹਦੇ 'ਚ ਗਲਤੀਆਂ ਨੇ। ਇਹ ਸਤਿਗੁਰੂ ਅਰਜਨ ਦੇਵ ਜੀ ਨੇ
ਭਾਈ ਗੁਰਦਾਸ ਜੀ ਕੋਲ ਲਿਖਵਾਇਆ ਸੀਗਾ ਤੇ ਹਰ ਇੱਕ ਜਗ੍ਹਾ ਤੇ ਉਹਨਾਂ ਨੇ ਦਸਖਤ ਆਪਣੇ ਕੀਤੇ ਸੀਗੇ। ਉਹਨਾਂ ਨੇ ਇਹਦੀ ਫਿਰ ਜਿਲਦ ਲਈ ਕੱਲਿਆ ਉਹਨੂੰ ਬਣਾਉਣ ਲਈ, ਉਹ ਜਿਹੜੇ ਸਿੱਖ ਗਏ ਜਿਲਦ ਬਣਾਉਣ ਉਹਨਾਂ ਨੇ ਜਿਲਦ ਬਣਾ ਲਿਆਂਦੀ ਹੈ, ਦੋ ਲੈਂਦੀਆਂ ਨੇ, ਇੱਕ ਉਤਾਰਾ ਕਰ ਲਿਆ ਤੇ ਆ ਕੇ ਦੋ ਪ੍ਰੈਜੈਂਟ ਕਰਦੇ, ਆਹ ਜੀ ਜਿਹੜੀ ਤੁਸੀਂ ਅਸਲੀ ਹੈਗੀ ਜਿਹੜੀ ਤੁਸੀਂ ਸਾਨੂੰ ਦਿੱਤੀ, ਆਹ ਇਸੀ ਰਸਤੇ 'ਚ ਜਾਂਦਿਆਂ ਨੇ ਉਤਾਰਾ ਕਰ ਲਿਆ ਦਾ ਨਕਲੀ ਹੈਗੀ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਤੁਸੀਂ ਕੀਤਾ ਉਤਾਰਾ ਇਹਦੇ 'ਚ ਗਲਤੀ ਹੋ ਸਕਦੀ ਹੈਗੀ, ਇਹਨੂੰ ਅੰਨੇ ਮਨ ਦੇ ਅੰਨੇ ਪੜਨਗੇ। ਅਤੇ ਜਿਹੜੀ ਸੀਗੀ ਆਪ ਲਿਖਵਾਈ ਸੀਗੀ ਉਹ ਸੁੱਚੀ ਬੀੜ ਸੀਗੀ, ਉਹਨੂੰ ਉਹਨੇ ਰੱਖਿਆ ਅਤੇ ਉਹ ਦੂਈ ਉਹਨਾਂ ਨੂੰ ਵਾਪਸ ਕਰ ਦਿੱਤੀ ਵੀ ਇਹ ਨਹੀਂ ਸਾਨੂੰ ਚਾਹੀਦੀ। ਅਤੇ ਅੱਜ ਕੱਲ੍ਹ ਜਿਹੜੀ ਛਾਪੇ ਦੀਆਂ ਹੈਗੀਆਂ ਨੇ ਕਿਤਾਬਾਂ, ਇਹ ਬਹੁਤ ਜ਼ਿਆਦਾ ਹੀ ਇਹਨਾਂ 'ਚ ਗੜਬੜ ਹੈਗੀ ਅਤੇ ਕਈ ਜਗ੍ਹਾ ਰਸੌਂਤ ਨਾਲ ਅਤੇ ਕਈ ਜਗ੍ਹਾ ਕੁਛ ਕੀਤਾ ਹੈਗਾ। ਜੇ ਪੂਰੀ ਜਾਣਕਾਰੀ ਲਈ ਪ੍ਰੋਫੈਸਰ ਜੋਤ ਸਿੰਘ ਦੀ ਕਿਤਾਬ ਹੈਗੀ ਕਰਤਾਰਪੁਰੀ ਬੀੜ ਦੇ ਦਰਸ਼ਨ, ਉਹ ਉੱਥੋਂ ਪਟਿਆਲਾ ਯੂਨੀਵਰਸਿਟੀ ਤੋਂ ਮਿਲ ਜਾਂਦੀ ਹੈਗੀ, ਉਹ ਤੁਸੀਂ ਪੜ੍ਹੋ, ਕੋਈ 200 ਪੇਜ ਦੀ ਹੈਗੀ। ਉਹਦੇ 'ਚ ਉਹਨੇ ਸਾਰੀਆਂ ਗਲਤੀਆਂ ਜਿਹੜੀਆਂ ਨੇ ਕਿਤੇ ਰਸੌਂਤ ਨਾਲ ਕਿਤੇ ਸਫ਼ੇ ਸਾਫ਼ ਕੀਤੇ, 200 ਸਫ਼ਾ ਸਾਫ਼ ਕੀਤਾ ਹੈ ਆਦਿ ਗ੍ਰੰਥ 'ਚੋਂ। ਆਹ ਜਿਹੜੀ ਤੁਸੀਂ ਆਦਿ ਗ੍ਰੰਥ ਪੜ੍ਹਦੇ ਆ ਨਾ ਹੁਣ, ਉੱਥੇ ਇਹ ਅੰਨੇ ਪੜ੍ਹਨਗੇ ਮਨ ਦੇ ਅੰਨੇ। ਅਤੇ ਜਿਹੜਾ ਮਨ ਦਾ ਸਾਫ਼ ਹੈਗਾ ਉਹਨੇ ਜਿਹੜੀ ਪਰਬ੍ਰਹਮ ਦੀ ਸੇਵਾ ਕਰਨੀ ਉਹ ਜਿੱਦਾਂ ਭਾਈ ਘਨੱਈਆ ਜੀ ਨੇ ਕੀਤੀ ਸੀ ਉੱਦਾਂ ਕਰਦੇ ਨੇ, ਉਹਨਾਂ ਮਾਡਲ ਸੀਗਾ ਭਾਈ ਘਨੱਈਆ ਜੀ ਦੀ ਸਰਵਿਸ। ਅਤੇ ਇਹ ਹੈਗਾ ਵੀ ਹੁਣ ਜਿਹੜਾ ਕੋਵਨੈਂਟ ਜਿਹੜਾ ਹੈਗਾ ਆਪਣਾ, ਹੁਣ ਜਿਹੜਾ ਮਾਰਸ ਦਾ ਸੀਗਾ, ਮਾਰਸ ਦਾ ਆਪਣੇ ਐਸ ਮਾਰਸ ਦਾ, ਇਹ ਨਾਕਾਮ ਹੋ ਜਾਂਦਾ ਹੈਗਾ, ਅਬਸੋਲੀਟ ਬਿਲਕੁਲ ਨਿਕੰਮਾ ਹੋ ਜਾਂਦਾ। ਅਤੇ ਇਸ ਕਰਕੇ ਰੂਹ ਦਾ ਜਿਹੜਾ ਹੈਗਾ ਨਾ ਕੋਵਨੈਂਟ ਇਹ ਰੱਖਣਾ ਚਾਹੀਦਾ ਹੈਗਾ। ਅਤੇ ਇਹਦੇ ਵਿੱਚ ਜਿੱਦਾਂ ਦੀ ਨੀਅਤ ਵੈਸਾ ਫਲ, ਅਤੇ ਆਪਣੀ ਨੀਅਤ ਸਾਫ਼ ਰੱਖੋ ਅਤੇ ਉਹਨਾਂ ਦਾ ਹੀ ਫਲ ਮਿਲੇਗਾ। ਅਤੇ ਇਸ ਕਰਕੇ ਜਿਹੜੇ ਹੈਗੇ ਨੇ ਵਿੱਚ ਇਹਦੇ ਵਿੱਚ ਕਈ ਜਗ੍ਹਾ ਜਿਹੜਾ ਹੈਗਾ ਆਪਣੇ ਗਲਤੀਆਂ ਕੀਤੀਆਂ ਹੋਈਆਂ ਨੇ ਬੀੜ 'ਚ, ਜਿੱਦਾਂ ਹੈਗੇ ਤੁੱਕ ਹੈਗੀ ਭਾਗ ਮਹਾਂਸ਼ਾਲ ਪੂਜਾ ਦਾਮ ਜੋ ਜੋ ਪ੍ਰਾਣੀ ਖਾਏ ਅਤੇ ਇਹਨਾਂ ਨੇ ਭਾਗ ਦੇ ਉੱਤੇ ਬਿੰਦੀ ਲਾ ਕੇ ਭੰਗ ਬਣਾ ਦਿੱਤੀ। ਭਾਗ ਮਹਾਂਛਲ ਦੇ ਪਿੱਛੇ ਬਿਹਾਰੀ ਲਾ ਕੇ ਮੱਛੀ ਕੱਢ ਦਿੱਤਾ। ਇਹ ਮਨ ਦੀ ਖੁਰਾਕ ਥੋੜ੍ਹੀ ਕਿ ਮੱਛੀ ਅਤੇ ਆਪਣੇ ਅਤੇ ਸੁਰਾ ਪਾਨ ਸ਼ਰਾਬ ਵਗੈਰਾ ਕੱਢ ਦਿੱਤੀ, ਇਹ ਮਨ ਦੀ ਥੋੜ੍ਹੀ ਹੀ ਖੁਰਾਕ, ਇਹ ਤਾਂ ਤਨ ਦੀ ਖੁਰਾਕ ਹੈਗੀ। ਇਸ ਤਰ੍ਹਾਂ ਕਈ ਗਲਤੀਆਂ ਹੈਗੀਆਂ ਨੇ ਵਿੱਚ ਇਹਦੇ 'ਚ, ਉਹ ਤੁਸੀਂ ਸੁਰਤੀ ਨਾਲ ਜੇ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਅਤੇ ਬਾਕੀ ਕਿਤਾਬ ਪ੍ਰੋਫੈਸਰ ਜੋਤ ਸਿੰਘ ਜੀ ਜਿਹੜੀ ਹੈਗੀ ਉਹ ਕਾਫ਼ੀ ਇੰਸਟਰਕਟਿਵ ਹੈਗੀ, ਕਿਉਂ ਉਦੋਂ ਬੀੜ ਜਿਹੜੀ ਸੀਗੀ ਕਰਤਾਰਪੁਰ ਵਾਲੀ ਉਹ ਜਲੰਧਰ ਪਈ ਸੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ, ਉੱਥੇ ਜਾ ਕੇ ਇਹਨਾਂ ਨੇ ਕੀਤਾ ਸੀਗਾ ਇੱਕ ਇੱਕ ਸਫ਼ਾ ਪੜਚੋੜ ਕੀਤਾ ਸੀਗਾ। ਅਤੇ ਉਹਦਾ ਫਿਰ ਲਿਖਿਆ ਸੀ ਵੀ ਇੱਥੇ ਇਹਨਾਂ ਰਸੌਂਤ ਨਾਲ ਕੀਤੀ ਆਹ ਕੀਤਾ, 200-250 ਸਫ਼ੇ ਸਾਫ਼ ਹੈਗੇ ਨੇ, ਇਹ ਅੱਤ ਖਾਰੀ ਬੀੜ ਹੈਗੀ ਜਿਹੜੀ ਪੜ੍ਹਦੇ ਆ ਤੁਸੀਂ ਗੁਰਦੁਆਰੇ 'ਚ, ਇਹਨੂੰ ਮਨ ਦੇ ਅੰਨੇ ਪੜ੍ਹਦੇ ਨੇ, ਹੈਗੇ ਹੀ ਮਨ ਦੇ ਅੰਨੇ ਲੋਕੀ। ਨਾਨਕ ਜਿਹੜਾ ਸੀਗਾ ਸਤਿਗੁਰੂ ਸੀਗਾ, ਉਹ ਗੁਰੂ ਨਹੀਂ ਸੀਗਾ, ਗੁਰੂ ਹੁੰਦਾ ਮਾਤਾ ਪਿਤਾ ਅਤੇ ਪੰਡਿਤ ਜਿਹੜੇ ਮੋਰਲ ਸਿਕਸ਼ਾ ਦਿੰਦੇ ਨੇ, ਜਿਹੜਾ ਮਨ ਨੂੰ ਤੇ ਸਿਕਸ਼ਾ ਦੇਵੇ ਉਹਨੂੰ ਕਹੀਦਾ ਸਤਿਗੁਰੂ। ਅਤੇ ਨਾਨਕ ਜਿਹੜੇ ਸੀ ਸਤਿਗੁਰੂ ਸਨ, ਉਹ ਗੁਰੂ ਨਹੀਂ ਸੀਗੇ। ਇਸ ਕਰਕੇ ਜਿੱਦਾਂ ਦੀਆਂ ਹੈਗੀਆਂ ਨੇ ਸਿੱਧੀਆਂ ਸਿੱਧੀਆਂ ਗੱਲਾਂ, ਇਹ ਜੀ ਜਿੰਨਾ ਚਿਰ ਸਮਝ ਆਉਂਦੀਆਂ ਤੁਹਾਡੇ ਅਤੇ ਉਹ ਡੀਪਰ ਨਹੀਂ ਸਮਝ ਆ ਸਕਦੀ ਤੁਹਾਨੂੰ, ਅੱਗੇ ਤੁਹਾਡੀ ਮਰਜ਼ੀ। ਅਤੇ ਬਾਕੀ ਤੁਹਾਨੂੰ ਹਰ ਇੱਕ ਨੂੰ ਪਾਰਬ੍ਰਹਮ ਇੱਕੋ ਜਿਹਾ ਵਰਤੇ।